असलाकम दोस्तों उम्मीद करना कि तो सारे बंद बालो सो मैं तो सुना दोस्त नबील अल्ताफ तो अपना यूट्यूब चैनल फेसबुक पेज नबील एंटरटेनमेंट जनाब एक मरतबा फिर मैं मास्टर माए रमज़ान अंदर तुम तो तक कि नहीं तैयार एक बहुत पुरानी याद कि काफ़ी सारे दोस्तों ने इन्हें दिन रिक्वेस्ट परी याद ने दसी बिल्कुल जनाब असा तो सर परी याद मास्टरों ना भी मुलाकात कराने परी याद है दौर नहीं ਪਾਰਟੀਸ਼ਨਿੰਗ ਤੂੰ ਪਹਿਲੇ ਨਹੀਂ ਬਣੀ ਵੀ ਪਾਣੀ ਨਹੀਂ बावਲੀ ਇਸੇ ਮੈਦ ਦਾ ਮਾਸਟਰ ਮੌਜੂਦਾ ਅੰਦਾਸ ਨਗਰਾ ਜਿਸकी ਨਵਾਂ ਨਾਂ ਗ੍ਰਿਡ ਸਟੇਸ਼ਨ ਬਣੇ ਤੋਂ ਬਾਅਦ ਰੋਸ਼ਨਾਬਾਦ ਰੱਖਿਆ ਗਿਆ ਅੰਦੇ ਨੇ ਪਰ ਅੰਦੇ ਗ੍ਰਾਂਚ ਤੇ ਜਨਾਬ ਇਹ बावਲੀ ਹੈ ਮਾਸਟਰ ਜੀ ਆਇਓ बावਲੀ ਤਕੋ ਹਲਾ बावਲੀ ਤੂੰ ਸਾਂ ਤਕਾਣੀ ਨਾ ਬਾਜਾ ਜੀ ਸਾਰੇ ਹਾ ਪਹਿਲੇ ਆਡੀਅנס ਕੀ ਹਾਇ ਕਰੂੰ ਇਹ ਫੈਨ ਤੁਸਾਂ ਨੂੰ ਪੁੱਛਣੇ ਦੇਣੇ ਵਾ ਮਾਸਟਰ ਗੈਪ ਹੋਣ ਹੁਣ ਦੱਸੋ बावਲੀ ਸਾਰੇ ਦੱਸੋ बावਲੀ माशा जनाब सा शफ पानी अच्छा मास्टर जी जितनी बावलियां दसियां इन सारी नी शेप ही जी है जगह पर अगर इसकी तक पत्थर नी जिस पत्थर लगे आ जिस तरह अंदर लगे या और बिलखसूस नीचे ने इथ मौजूद हैं चाचा और ਬੜੇ ਪੁਰਾਣੇ ਚਾਚਾ ਉਹ ਇਸ ਗ੍ਰਾਹਣੇ ਰਹਿਣ ਵਾਲੇ ਨੇ ਇਸ ਬਾਵਲੀ ਦੀ ਹਕੀਕਤ ਹੈ ਇਸ ਗ੍ਰਾਹਣੇ ਕੀ ਕਦ ਅਸਨ ਆਜੇ ਇਹ ਚਾਚਾ ਚਾਚਾ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਚਾਚਾ ਕਹਿਣਾ ਮੇਰਾ ਨਾਮ ਰਾਜੇਵ ਸਵਾਰ ਹੈ ਰਾਜੇਵ ਇੱਥੇ ਰਹਿਣ ਉਹ ਅੰਦਾ ਹੈ ਅੰਦਾ ਨਹੀਂ ਮੈਂ ਪੋਲੇ ਪਾਰ ਤਨੇ ਠੀਕ ਹੈ ਇਹ ਜਿਹੜਾ ਅੰਦਾ ਗ੍ਰਾਹਣ ਆਮ ਰਹਿਣਾ ਮੈਂ ਇਧਰ ਆਉਣਾ ਜਾਣਾ ਆਮਨੇ ਜਾਣਾ ਰਹਿਓ ਮਤਲਬ ਇਕੱਠਾ ਹੀ ਗ੍ਰਾਹਣਾ ਬਿਲਕੁਕੁਲ ਇਕੱਠਾ ਹੈ ਤੇ ਇਸ ਅੰਦੇ ਗ੍ਰਾਹਣੇ ਬਾਰੇ ਕੀ ਜਾਣਦੇ ਹੋ ਇਸਨੇ ਬਾਵਲੀ ਇਹ ਜਾਣਦੇ ਆ ਕਿ ਇਹ बावਲੀ ਬਾਰੇ ਲੋਣੀ ਬਣੀ ਸੀ ਪੁਰਾਣੇ ਦੌਰ ਨਹੀਂ ਆ ਪੁਰਾਣੇ ਦੌਰ ਨਹੀਂ ਹੈ ਇਹਂ ਦੂਆ ਤਾਂ ਮੁਸਲਮਾਨਾਂ ਨਹੀਂ ਜਿਲਾ ਇਕੱਠੀ ਕਮਿਊਨਿਟੀ ਰਹਿਣੀ ਸੀ ਉਸ ਦੌਰ ਨਹੀਂ ਹੈ 47 ਤੋਂ ਪਹਿਲਾਂ ਨਹੀਂ 47 ਪਹਿਰੇ ਠੀਕ ਹੈ ਤੇ ਇਹਨੇ ਜੇ ਆਪਣੇ ਇਕੱਠੇ ਪਾਣੀ ਤੇ ਜਰਨ ਪਰਨੇ ਆ ਗਿਆ ਇਸ ਗ੍ਰਾਮ ਦੇ ਅੰਦਰ ਹਿੰਦੂ ਦਾ ਮੁਸਲਮਾਨ ਕਿਹੜੀ ਜਗ੍ਹਾ ਰਹਿਣ ਸਨ ਇਹ ਬੋਲ ਬੋਲੇ ਜਿਹੜਾ ਬੂ ਨਵਾਂ ਬਣਿਆ ਪੂਲਾ ਤੇ ਜ਼ਾਇਰੀ ਗੱਲ ਹੈ ਜੀ ਤਾਂ ਹਿੰਦੂ ਸੰਤ ਮੁਸਲਮਾਨ ਸੰ ਕਬਰਸਤਾਨ ਤਾਂ ਉਹ ਹੈ ਜਿਸ ਜਗ੍ਹਾ ਸਾਂ ਖਲਤੇ ਵੀ ਤੇ ਇਹ ਦੂਆ ਦਾ ਸ਼ਮਸ਼ਾਨਗੜ੍ਹ ਕੋਥੇ ਸੀ ਉਹ ਚੱਲੇ ਚੜੀਆਂ ਨਹੀਂ झंडिया नहीं बहना शमशान घाट भी होना जी बा बावली है जी जी। इस बाली हिंदुआनी बावली होनी उस पार लगे होना मुसलमान आये इसकी बंद कर मास्टर कुछ वीडियो रोशना बाद अवाम दसिए रिक्वेस्ट भी है ਚਲੋ ਤਕੜਨੇ ਵਾਕਿਆ ਦਾ ਹੁਣ ਜੀ ਜਗ੍ਹਾ ਪਰ ਉਸ ਖਲਦੇ ਆ ਪੂਰਾ ਰੋਸ਼ਨੋਬਾਦ ਹੈ ਨਾ ਦੱਸਿ ਸਕਣੇ ਚਾਚਾ ਜੀ ਜੀ ਕਾਪ ਉਸ ਖਲਦੇ ਐ ਐਗਜ਼ੈਕਟਲੀ ਇਸ ਏਰੀਏ ਕੀ ਕਹਣਾ ਹੈ ਇਹ ਜੀ ਅੰਦਰ ਰੋਸ਼ਨੋਬਾਦ ਰੋਸ਼ਨੋਬਾਦ ਨਾ ਗਰਾਹ ਕਿਹੜਾ ਹੈ ਨਿਕਾ ਮਾਸਟਰ ਜੀ ਰਟਾ ਗਰਾਹ ਆ ਅਸਾਂ ਰਟਾ ਦੱਸਣ ਦੀ ਕੋਸ਼ਿਸ਼ ਕਰਸਾਂ ਫੇ ਜਿੰਨੇ ਦੂਰ ਡਰੋਨ ਜਾਈ ਸਕੇ ਉਧਰ ਤੱਕ ਜਾਈ ਸਕੇ ਆ ਚਲੋ ਵੀਡੀਓ ਕੀ ਰਟਾ ਡਢਿਆਰ ਰਟਾ ਨਹੀਂ ਇਹ ਅੰਦਰ ਰੋਸ਼ਨੋਬਾਦ ਰਟਾ ਅੰਦਰ ਰੋਸ਼ਨੋਬਾਦ ਰਟਾ ਠੀਕ ਹੈ ਅਸਵੀ ਖੋਲੋ ਨਾ ਫਿਰ ਡਰੋਨ ਤੇ ਆਵਾਮ ਕੀ ਦਸੀਆ ਡਰੋਨਿਕ ਵਿਊ ਮੋਬਾਈਲ ਕੱਟੋ ਨਾ ਪਹਿਲੇ ਸਰ ਮੋਬਾਈਲ ਤਾਂ ਹੀ ਕੋ ਨੀ ਮੋਬਾਈਲ ਕੱਟ ਗਿਆ ਮੋਬਾਈਲ ਕੱਟ ਗਿਆ ਨਾ ਕਰੋ ਮਾਸੇ ਸਹੀ ਕਰ ਤੋ ਕੋ ਹੋ ਗਿਆ ਨਹੀਂ ਤਾਂ ਕੋ ਨੀ ਓ ਸ਼ਿਟ ਹੁਣ ਮਤਲਬ ਇਹ ਆ ਕਿ ਜਿਹੜਾ ਸਾ ਆਮ ਦਾ ਵਾਦਾ ਸੀ ਕਿ ਦਰੋਨਿਕ ਵੀਊਅ ਦਸਾਂ ਹੋ ਗਿਆ ਹੋ ਗਿਆ ਤੇ ਜਿਹੜਾ ਆ ਮੋਬਾਈਲ ਇਹ ਨਹੀਂ ਨਾਲ ਲੱਗਣਾ ਨਹੀਂ ਸਤ ਇਸਨੇ ਐਪ ਹੋਣੀ ਚਾਹੀਦੀ ਹੈ ਤੇ ਇੱਥੇ ਨੈਟਵਰਕ ਸਰਵਿਸ ਵੀ ਕੋਈ ਨਹੀਂ ਆਈ ਕੋ ਨਹੀਂ ਇਹ ਸਾਰਾ ਕਸ਼ਮੀਰ ਹੈ ਤਾਂ ਫਿਰ ਮਜ਼ਰਦ ਦੀ ਕਰਸਾਂ ਡਰੋਨਿਕ ਵੀਊਅ ਨੂੰ ਚਲੋ ਬਾਕੀ ਕੋਸ਼ਿਸ਼ ਕਰਸਾਂਗੇ ਅਗੋ ਪਿਛੋ ਆਵਾਮ ਜਿਹੜੀ ਹੈ ਸਾਡੇ ਆਡੀਅੰਸ ਨੂੰ ਕੀ ਬਾਤਲੀ ਦਸੀ ਜੇ ਦੂਰ ਨਜ਼ਦੀਕ ਤੋਂ ਪਿਕਚਰਾਂ ਕੀ ਨਹੀਂ ਕੋਈ ਵੀਡੀਓ ਚਲੋ ਫਿਰ ਬਾਵਲੀ ਬਾਰੇ ਉਹਨੂੰ ਕੋ ਮਜ਼ੀਦ ਇਨਫੋਰਮੇਸ਼ਨ ਕੁੱਥੋਂ ਸਾਈ ਨਾ ਚਾਚਾ ਦੇ ਜਗਰਨ ਮੈਂ ਇਹ ਪੱਥਰ ਕੜਾ ਕੜਾ ਲਗੇ ਚਾਚੇ ਉਹਨੇ ਦਿੱਤੀ ਹੈ ਇਨਫੋਰਮੇਸ਼ਨ ਪਰ ਚਾਚੇ ਕੀ ਵੀ ਇਤਨਾ ਨਹੀਂ ਪਤਾ ਆਣੇ ਮੈਂ ਆਪਣੇ ਬੜਿਆਂ ਕੋਲ ਹੀ ਸੁਣਾ ਚਾਚਾ ਵੈਸੇ ਜਿਹੜੇ ਪੱਥਰ ਇਹ ਹਥਨਾਂ ਨਾਲ ਘੜੀ ਤੇ ਲਾਏ ਨੇ ਇਹ ਹਥਨਾ ਘੜੀ ਨੇ ਤਾਂ ਕੋ ਦੱਸੋ ਨਾ ਇਹ ਦੇ ਕੇ ਪੱਥਰ ਕਿਸ ਤਰ੍ਹਾਂ ਪਤਾ ਲੱਗਿਆ ਵਾ ਹਥਨਾ ਘੜਿਆ ਥੋੜੇ ਨਾਲ ਸੰਭੇ ਨਾਲ ਉਹ ਲਾ ਜੱਜਾ ਕਿਹੜੇ ਲੋਕ ਹੋਣੇ ਸਨ ਜਿਹੜੇ ਪੱਥਰ ਕੱਢਨੇ ਸਨ? ਉਹ ਪੁਰਾਣੇ ਬੰਦੇ ਖਾਤਮਾ ਹਾਜੀ ਪੁਰਾਣੇ ਬੰਦੇ ਖਾਤਮਾ ਹੀ ਹੈ। ਕਿ ਆਨੇ ਉਹ ਪੱਥਰੋਂ ਨੀ ਚਣਾਈ ਉਹੀ ਹੈ ਇਟੋ ਨੀ ਚਣਾਈ ਉਹੀ ਹੈ। ਪੱਥਰੋਂ ਨੀ ਚਣਾਈ ਸਭ ਤੋਂ ਜੱਜਾ ਉਹੀ ਹੈ। ਬਾਕੀ ਗੱਲਾਂ ਜੱਜਾ ਸਾਰੀਆਂ ਠੀਕ ਹੈ। ਇਹ ਜਿਹੜੇ ਪੱਥਰ ਅਈਆਂ ਢਿੰਗੇ ਲੱਗੇ ਇਹਨੇ ਹਾਂ ਇਹ ਕਿਸ ਤਰ੍ਹਾਂ ਲਾਇਓ ਸਨ ਇਹ ਖਲਤੇ ਕਿਸ ਤਰ੍ਹਾਂ ਹੋਣ ਜਿਹੜੇ ਇਹ ਪੱਥਰ ਹੀਆਂ ਹੀਆਂ ਹੀਆ ਚੋੜਾ ਪੱਥਰ ਹੈ। ਇਹ ਸਰ ਇਹਥੇ ਲਾਉਣ ਤਾਂ ਦਰ ਠੀਕ शीटरिंग लानी बहरहाल मास्टर साहब ऑडियंस भी दस त बेशक जड़ा मॉडर्न सट्रक्चर है ना बहुत में वुसत आई है तरक्की आई है लेकिन जी सक्चर मुगलिया दौर बने ना उसनी मिसाल नहीं है। अज कंप्यूटर ओरिएंटेड डिजाइन है सारे अगर अस कंप्यूटर च अपनी पेमायश देने तो कि हर चीज़ इनफॉरमेशन देना लेकिन जीजा ना इन मिसाल नहीं है कि तको किस खूबसूरती ना और मजे नी ग जिस दौर नहीं बनी है ना उस टाइम सिमट सिमट न सिमट नहीं भर बर है अल नहीं अपनी ओरिजिनल जगह पर मौजूद है और बाद ही लगा ही ए, लगा। और लगा, इसने ऐसा अंदर ना जी। तको किस तरह मतलब ना कि इसकी तराशिया पत्थ गया पत्थर की पत्थर एक लेग। लेग। एक लेग। लेग। एक लेग इसनी ए, एक ये लेयर एक लेयर लेयर है, है, और वो एक सब तो नीचे लेयर है पर इन त्रियां लेयरों की तक किस बरे गरी है जिस वाटर हैं ਤੱਕੂ ਰੂ ਦੌਰ ਨਾਲ ਵਾਟਰ ਲੈਵਲ ਹੈ ਉਹ ਸਾਰੇ ਦੂਈ ਫਸੀਏ ਤੇ ਤਾਂ ਕੋਈ ਨਾ ਕੋਈ ਪੱਥਰ ਅਸਨ ਜਿਹੜਾ ਸੁਭਈ ਨਹੀਂ ਹੋਏ ਹਾਂਜੀ ਜਿੰਨੇ ਚਾਹੇ ਅੰਦਰ ਲਗੇ ਹੋਣ ਚਾਹੇ ਬਾਹਰ ਸਿੱਧੇ ਕਿ ਲਗੇ ਹੋਣ ਸਾਰੇ ਇਹ ਉਸ ਦੌਰ ਨੇ ਹੱਥ ਨਾਲ ਬਣਤੀ ਹੋਈ ਚੀਜ਼ ਹੈ ਅੱਛਾ ਮਾਸਟਰ ਜੀ ਇਸ ਬਾਵਲੀ ਨੇ ਨਾਲ ਮਿਲਨੀ ਜੁਲਨੀ ਇੱਕ ਚੀਜ਼ ਹੈ ਜਿਹੜਾ ਇੱਕ ਘਰਾਟ ਹੈ ਸਨੇ ਗ੍ਰਾਂਡ ਮੈਂ ਕਾਫੀ ਸਾਰੇ ਆਡੀਅੰਸ ਨੂੰ ਦੱਸਿਆ ਵੀ ਆ ਉਹ ਘਰਾਟ ਵੀ ਅੰਦਰੂ ਹੀ ਸ਼ਾਦਰਾ ਮਲੂਈਆ ਜਿਹਾ ਬਣਿਆ ਜੀ ਬਿਲਕੁਲ ਇਸ ਤਰ੍ਹਾਂ ਉਹ ਗੱਲ ਇੱਕ ਸ਼ਾਰਟ ਮਕਾਇੂ ਨੇ ਕਿ ਜਿਹੜੀ ਮੁਗਲਿਆ ਦੌਰ ਨੇ ਜਿੰਨੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨਾ ਸ਼ਾਹਕਾਰਨ ਕੋ ਕਿਲੇ ਹਨ ਉਹਨਾਂ ਨਾਲ ਹੀ ਕੱਲ ਨੇ ਦੌਰ ਜਿਹੜਾ ਜਦੀਦ ਦੌਰ ਹੈ ਨਾ ਇਸ ਨੇ ਵੀ ਕੰਸਟਰਕਸ਼ਨ ਜਿਹੜੀ ਹੈ ਇਸ ਨੇ ਵੀ ਜਿਹੜਾ ਸਕੈਚ ਵਗੈਰਾ ਨੂੰ ਨਹੀਂ ਪਹੁੰਚਦਾ ਬਿਲਕੁਲ ਆਪਣੀ ਮਿਸਾਲ ਆਪ ਰੱਖ ਰਹੇ ਉਹਨਾਂ ਦਾ ਚੀਜ਼ਾਂ ਨਹੀਂ ਜ਼ਿਆਦਾਤਰ ਚੀਜ਼ਾਂ ਨਹੀਂ ਸਾਖ ਦੀ ਕਹਿ ਜੈਸੀ ਹੈ ਆ ਲੇਕਿਨ ਉਸ ਦੀ وجہ ਇਹ ਹੈ ਨਾ ਕਿ ਹੱਥ ਨਾਲ ਕੰਮ ਹੋਇਆ ਸੀ ਹੱਥ ਨਾਲ ਬਣੀਆਂ ਚੀਜ਼ਾਂ ਚਾਚਾ ਕਹਿਣਿਓ ਬਿਲਕੁਲ ਜੀ ਤਾਂ ਅੱਜ ਕਾ ਪੇਗਾਮ ਦੇਸੋ ਆਡੀਅੰਸ ਜਿਹੜੀ ਇਹ ਦੁਨੀਆ ਪੂਰੀ ਤੁਸੀਂ ਤੱਕ ਸੀ ਕੱਲ ਤੁਸੀਂ ਪਰੇਸ਼ਾਨ ਹੋਸੋ ਜਿੱਥੇ ਤੁਸੀਂ ਬਾਹਲੇ ਮੁਲਕਾਂ ਚੋਂ ਕਾਲਾਂ ਇਸਨ ਨੂੰ ਲਵਾਈ ਚਾਚਾ ਉੱਥਾ ਕੋਤੇ ਬੈਠੇ ਤੋਂ बावਲੀ ਪਰ ਤਾਂ ਉਹਨਾਂ ਲੋਕਾਂ ਨੂੰ ਕੀ ਪੇਗਾਮ ਦੇਸੋ ਉਹਨੇ ਇਹ ਪੇਗਾਮ ਦੇਸਾਂ ਭਾਈ ਜਿਹੜਾ ਨਾ ਤਾਂ ਤੋਂ ਪੈਲੇ ਨੇ ਲੇ ਕੋ ਬਣੇ ਜਾਂਦਾ ਜੜੀਆਂ ਅਸਨੀਆਂ ਇਸ ਤਰ੍ਹਾਂ ਦੀਆਂ ਬਣੀਆਂ ਚੀਜ਼ਾਂ ਨੂੰ ਨਾ ਕੀ ਸੰਭਾਲੀ ਤੇ ਰੱਖੋ ਉਹਨਾਂ ਨੇ ਕੇਅਰ ਕਰੋ ਇਹ ਮਾਸ਼ਾਅੱਲਾ ਜਿਸ ਮਹੱਲੇ ਨਹੀਂ ਆ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਸਾਫ ਸੁਥਰੀ ਹੈ ਆ ਦੂਈ ਗੱਲ ਹੈ ਹਾਂਜੀ ਦੂਈ ਬੜੀ ਗੱਲ ਸਾਰੇ ਆ ਕਿ ਅਸਾਂ ਚਾਰ ਪੰਜ ਬਾਬ ਜੀ ਫਿਰੇ ਆ ਨਾ ਪੁਰਾਣੇ ਦੌਰ ਵਿੱਚ ਮੋਟਰ ਬੇ ਵੀ ਕੋਈ ਕੋਈ ਗੰਦ ਪਿਆ ਕੋਈ ਕੋਈ ਲੇਕਿਨ ਇਸ ਬਾਬ ਲਈ ਨਹੀਂ ਇਹ ਖਾਸੀਅਤ ਹੈ ਕਿ ਬਹੁਤ ਹੀ ਸਾਫ ਸੁਥਰੀ ਸਾਫ ਸੁਥਰੀ ਹੈ ਅਗਰ ਜੇ ਉਹ ਥੋੜਾ ਬੋਤਾ ਗੰਦ ਹੈ ਜਿਹੜਾ ਮੈਂ ਸਮਝਣਾ ਕਿ ਇਸ ਅੰਦਰ ਉਹ ਨਹੀਂ ਹੈ ਉਹ ਤਾਂ ਨੈਚੁਰਲ ਚੀਜ਼ ਹੈ ਇਸ ਨੇ ਅੰਦਰ ਹੋਣਾ ਵੀ ਚਾਹੀਦਾ ਇਹ ਜੜੀਆਂ ਬੂਟੀਆਂ ਨਾਲ ਪਾਣੀ ਮਿਕਸ ਹੋਈ ਨਾ ਤਾਂ ਪਾਣੀ ਪਿਓਰ ਹੋਈ ਜਾਣਾ ਪਿਓਰ ਹੋਈ ਜਾਣਾ ਬਿਲਕੁਲ ਹੀ ਹੈ ਤਾਂ ਅੱਜ ਨਹੀਂ ਵੀਡੀਓ ਸਾਂ ਇਥੇ ਚਾਚਾ ਕਰੀਉਨੇ ਆ ਖਤਮ ਖਤਮ ਦਾ ਸਾਂ ਦਿਓ